ਕੀ ਸਿਹਤ ਸਹੂਲਤਾਂ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਪਰ ਆਮ ਲੋਕਾਂ ਦੀ ਜਿੰਨੀ ਖੱਜਲ ਖੁਆਰੀ ਸਰਕਾਰੀ ਹਸਪਤਾਲਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਹੁੰਦੀ ਹੈ ਐਨੀ ਸ਼ਾਇਦ ਹੀ ਕਿਤੇ ਹੁੰਦੀ ਹੋਵੇ ਪਰ ਜੇਕਰ ਡਾਕਟਰ ਜਾਂ ਅਫਸਰ ਲੋਕਾਂ ਨਾਲ ਚੰਗੀ ਤਰ੍ਹਾਂ ਪੇਸ਼ ਆਣ ਤਾਂ ਲੋਕ ਅੱਧਾ ਦਰਦ ਭੁੱਲ ਜਾਂਦੇ ਨੇ ਗੱਲ ਕਰਦੇ ਹਾਂ ਆਈਐਸ ਅਫਸਰ ਰੋਸ਼ਨ ਜੈਕੱਬ ਦੀ ਹਾਦਸਾ ਪੀੜਤਾਂ ਦੀ ਖਬਰ ਲੈਣ ਲਈ ਹਸਪਤਾਲ ਪੁੱਜੀ ਤਾਂ ਉਸ ਕੋਲੋਂ ਇੱਕ ਮਾਂ ਦਾ ਦਰਦ ਦੇਖਿਆ ਨਹੀਂ ਗਿਆ ਜਿਵੇਂ ਬੱਚੇ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਅਤੇ ਵਧੀਆ ਇਲਾਜ ਦੀ ਗੋਹਾਲ ਲਗਾ ਰਹੀ ਸੀ ਇਹ ਸਭ ਕੁਝ ਦੇਖ ਕੇ ਮੈਲਾ ਅਫਸਰ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਗਣ ਲੱਗ ਪਏ ਅਤੇ ਉਸ ਨੇ ਤੁਰੰਤ ਡਾਕਟਰਾਂ ਨੂੰ ਆਦੇਸ਼ ਦਿੱਤਾ ਕਿ ਇਸ ਬੱਚੇ ਦਾ ਤੁਰੰਤ ਵਧੀਆ ਇਲਾਜ ਕੀਤਾ ਜਾਵੇ ਕੀ ਆ ਪੂਰੀ ਖਬਰ ਅਤੇ ਕਿੱਥੇ ਦਾ ਇਹ ਮਾਮਲਾ ਆਉ ਦੱਸਦੇ ਹਾਂ ਦਰਸਲ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦਾ ਜਿੱਥੇ ਬੁੱਧਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ ਟਰੱਕ ਅਤੇ ਯਾਤਰੀ ਬੱਸ ਦੀ ਟੱਕਰ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 35 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲਖੀਮਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਇਸ ਦੌਰਾਨ ਲਖਨਊ ਮੰਡਲ ਦੀ ਕਮਿਸ਼ਨਰ ਡਾਕਟਰ ਰੋਸ਼ਨ ਜੈਕਬ ਪੀੜਤਾਂ ਦਾ ਹਾਲਚਲ ਜਾਣਨ ਲਈ ਹਸਪਤਾਲ ਪੁੱਜੀ ਪਰ ਉਹਨਾਂ ਕੋਲੋਂ ਹਾਦਸਾ ਪੀੜਤਾਂ ਦਾ ਦਰਦ ਦੇਖਿਆ ਨਹੀਂ ਗਿਆ ਅਤੇ ਉਹ ਖੁਦ ਵੀ ਰੋਣ ਲੱਗ ਪਈ ਉਹ ਹੰਝੂ ਭਰੀਆਂ ਅੱਖਾਂ ਨਾਲ ਪੀੜਤਾ ਨੂੰ ਵਧੀਆ ਇਲਾਜ ਦਾ ਭਰੋਸਾ ਦਿਵਾਉਂਦੀ ਰਹੀ। ਹੋਰ ਤਾਂ ਹੋਰ ਉਹ ਅਫਸਰਾਂ ਨੂੰ ਵਧੀਆ ਇਲਾਜ ਉਪਲਬਧ ਕਰਵਾਉਣ ਦੇ ਆਦੇਸ਼ ਦਿੰਦਿਆਂ ਖੁਦ ਵੀ ਰੋਈ ਜਾ ਰਹੀ ਸੀ। ਇਸੇ ਦੌਰਾਨ ਮਹਿਲਾ ਆਈਐਸ ਅਫਸਰ ਨੇ ਹਸਪਤਾਲ ਵਿੱਚ ਇੱਕ ਮਾਂ ਨੂੰ ਰੋਂਦੇ ਹੋਏ ਦੇਖਿਆ ਜਿਸ ਦੇ ਮਕਾਨ ਦੀ ਕੰਧ ਡਿੱਗਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਸੀ ਜਦਕਿ ਦੂਜੇ ਬੱਚੇ ਦੀ ਰੀੜ ਦੀ ਹੱਡੀ ਟੁੱਟ ਗਈ ਸੀ। ਮਾਂ ਦਾ ਦਰਦ ਦੇਖ ਕੇ ਮਹਿਲਾ ਅਫਸਰ ਕਾਫੀ ਭਾਵੁਕ ਹੋ ਗਈ। ਅਤੇ ਉਹਨਾਂ ਨੇ ਤੁਰੰਤ ਡਾਕਟਰਾਂ ਨੂੰ ਬੁਲਾ ਕੇ ਬੱਚੇ ਬਾਰੇ ਜਾਣਕਾਰੀ ਹਾਸਲ ਕੀਤੀ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਹਾਲਤ ਕਾਫੀ ਗੰਭੀਰ ਹੈ ਪਰ ਮਹਿਲਾ ਅਫਸਰ ਨੇ ਡਾਕਟਰਾਂ ਨੂੰ ਆਖਿਆ ਕਿ ਕਿਵੇਂ ਨਾ ਕਿਵੇਂ ਬੱਚੇ ਦਾ ਵਧੀਆ ਇਲਾਜ ਕਰੋ ਸਾਰਾ ਪੈਸਾ ਰੈੱਡ ਕਰਾਸ ਵੱਲੋਂ ਦਿੱਤਾ ਜਾਵੇਗਾ ਇਸ ਦੌਰਾਨ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਵੀ ਮਹਿਲਾ ਆਈਐਸ ਅਫਸਰ ਡਾਕਟਰ ਰੋਸ਼ਨ ਜਾਕਬ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉੰਜ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡਾਕਟਰ ਰੋਸ਼ਨ ਜੈਕਬ ਇਸ ਤਰ੍ਹਾਂ ਚਰਚਾ ਵਿੱਚ ਆਈ ਹੋਵੇ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੇ ਚੰਗੇ ਕਾਰਜਾਂ ਨੂੰ ਲੈ ਕੇ ਲੋਕਾਂ ਦੀ ਵਾਹ ਵਾਹ ਬਟੋਰ ਚੁੱਕੀ ਹੈ ਹਾਲੇ ਕੁਝ ਦਿਨ ਪਹਿਲਾਂ 16 ਸਤੰਬਰ ਨੂੰ ਉਹਨਾਂ ਨੇ ਲਖਨਊ ਵਿੱਚ ਭਾਰੀ ਬਾਰਿਸ਼ ਦੌਰਾਨ ਪਾਣੀ ਭਰੀਆਂ ਸੜਕਾਂ ਤੇ ਉੱਤਰ ਕੇ ਸ਼ਹਿਰ ਦੀ ਸਥਿਤੀ ਦਾ ਚਾਇਜ਼ ਆ ਲਿਆ ਸੀ ਅਤੇ ਮੌਕੇ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕੁਝ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ ਸਨ ਲੋਕਾਂ ਵੱਲੋਂ ਇਸ ਮਹਿਲਾ ਅਫਸਰ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਨੇ ਅਤੇ ਉਹ ਇਹੀ ਆਖ ਰਹੇ ਨੇ ਕਿ ਕਾਸ਼ ਸਾਰੇ ਅਫਸਰ ਇਸ ਤਰ੍ਹਾਂ ਦੇ ਹੋ ਜਾਣ ਬਿਊਰੋ ਰਿਪੋਰਟ ਹਮਦਰ ਟੀਵੀ